ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਏਜੰਡਾ। ਅੱਜ ਦੇ ਇਸ ਐਪੀਸੋਡ ਦੇ ਵਿੱਚ ਗੱਲ ਹੋਏਗੀ ਬਹੁ ਕਰੋੜੀ ਸਕੈਂਡਲ ਦੀ, ਹਜ਼ਾਰਾਂ ਕਰੋੜ ਰੁਪਏ ਦਾ ਸਕੈਂਡਲ। ਗੱਲ ਹੋਏਗੀ ਸਰਕਾਰੀ ਘਰਾਂ, ਪਲਾਟਾਂ ਅਤੇ ਕਮਰਸ਼ੀਅਲ ਦੁਕਾਨਾਂ ਤੇ ਨਜਾਇਜ਼ ਕਬਜ਼ਿਆਂ ਦੀ, ਜੋ ਕਿ ਮੋਹਾਲੀ ਵਿੱਚ ਨੇ। ਗਮਾੜਾ ਦੇ ਰਿਕਾਰਡ ਦੇ ਮੁਤਾਬਕ ਭਾਵੇਂ ਖਾਲੀ ਦਿਖਾਏ ਗਏ, ਦੱਸਾਂਗੇ ਕਿਵੇਂ ਖਾਲੀ ਦਿਖਾਏ ਗਏ, ਕਿਉਂ ਖਾਲੀ ਦਿਖਾਏ ਗਏ। ਇਹ ਜਾਇਦਾਦਾਂ ਮੋਹਾਲੀ ਤੋਂ ਇਲਾਵਾ ਪੰਜਾਬ ਦੇ ਕਈ ਹੋਰ ਸ਼ਹਿਰਾਂ ਦੇ ਵਿੱਚ ਵੀ ਨੇ। ਇਹ ਜਾਇਦਾਦਾਂ ਗਮਾੜਾ ਤੋਂ ਇਲਾਵਾ ਪੁੱਡਾ ਦੀਆਂ ਵੀ ਨੇ, ਪਰ ਪੁੱਡਾ ਦੀਆਂ ਇਹ ਜਾਇਦਾਦਾਂ ਘੱਟ ਨੇ। ਦੱਸਾਂਗੇ ਕਿ ਕਿਵੇਂ ਇਹ ਮਾਮਲਾ ਉਜਾਗਰ ਹੋਇਆ, ਤੁਹਾਡੇ ਸਾਹਮਣੇ ਆਇਆ। ਇਹ ਵੀ ਦੱਸਾਂਗੇ ਕਿ ਕਿਵੇਂ ਇਸ ਸਕੈਂਡਲ 'ਤੇ ਪਰਦਾ ਪਾਉਣ ਲਈ ਅਧਿਕਾਰੀਆਂ ਨੇ ਕਿਵੇਂ ਕੋਸ਼ਿਸ਼ ਕੀਤੀ ਅਤੇ ਕਿਵੇਂ ਦਸਤਾਵੇਜ਼ ਜਾਣਕਾਰੀ ਦਬਾਉਣ ਦੀ ਕੋਸ਼ਿਸ਼ ਕੀਤੀ। ਆਓ ਸ਼ੁਰੂ ਕਰਦੇ ਹਾਂ ਏਜੰਡਾ। ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਅਰਜ਼ ਹੈ। ਜਾਇਦਾਦਾਂ 7,387, ਜਿਨ੍ਹਾਂ 'ਚ ਸ਼ਾਮਲ ਨੇ MIG ਫਲੈਟ, LIG ਫਲੈਟ, ਰਿਹਾਇਸ਼ੀ ਪਲਾਟ ਅਤੇ ਕਮਰਸ਼ੀਅਲ ਪ੍ਰੋਪਰਟੀਜ਼, ਯਾਨੀ ਕਿ SCOs ਅਤੇ ਬੂਥ ਸਾਰੇ ਮੋਹਾਲੀ ਵਿੱਚ। ਬੂਥ 2,613, SCOs ਵੀ ਸ਼ਾਮਲ ਨੇ। ਇਹਨਾਂ ਜਾਇਦਾਦਾਂ ਦੀ ਕੀਮਤ ਕਈ ਹਜ਼ਾਰ ਕਰੋੜ ਤੋਂ ਉੱਪਰ। ਸਰਕਾਰੀ ਪ੍ਰੋਪਰਟੀ 2008 ਤੋਂ ਬਾਅਦ, ਜਿਸ ਦੀ ਸਾਰ ਕਿਸੇ ਨੇ ਹੁਣ ਤੱਕ ਨਹੀਂ ਪੁੱਛੀ। ਇਸ ਪ੍ਰੋਪਰਟੀ ਦੇ ਉੱਤੇ ਪ੍ਰਭਾਵਸ਼ਾਲੀ ਲੋਕਾਂ ਦੇ ਕਬਜ਼ੇ, ਅਫਸਰਾਂ ਦੇ ਰਿਸ਼ਤੇਦਾਰਾਂ ਦੇ ਕਬਜ਼ੇ, ਸਿਆਸਤਦਾਨਾਂ ਦੇ ਕਰਿੰਦਿਆਂ ਦੇ ਕਬਜ਼ੇ, ਗਮਾਡਾ ਦੇ ਅਧਿਕਾਰੀਆਂ ਦੇ ਰਿਸ਼ਤੇਦਾਰਾਂ ਦੇ ਕਬਜ਼ੇ ਅਤੇ ਹੋਰ ਕਈਆਂ ਦੇ ਕਬਜ਼ੇ। ਬੜੀ ਜਲਦ ਤੁਹਾਨੂੰ ਇਹਨਾਂ ਸਾਰੀਆਂ ਜਾਇਦਾਦਾਂ ਦੇ ਪਲਾਟ ਨੰਬਰ, ਫਲੈਟ ਨੰਬਰ ਅਤੇ ਜਿਹੜੇ ਲੋਕ ਕਾਬਜ਼ ਨੇ ਉਹਨਾਂ ਦੇ ਨਾਮ ਵੀ ਅਸੀਂ ਦੱਸਾਂਗੇ ਅਗਲੇ ਵੀਡੀਓ ਦੇ ਵਿੱਚ, ਕੁਛ ਦਿਨਾਂ ਤੋਂ ਬਾਅਦ। ਹੁਣ ਦੱਸਦੇ ਹਾਂ ਤੁਹਾਨੂੰ ਕਿ ਇਸ ਸਕੈਂਡਲ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਿਵੇਂ ਹੋਈਆਂ। 12/5/22 ਨੂੰ ਇੱਕ RTI ਐਕਟਿਵਿਸਟ ਅਤੇ ਸਮਾਜ ਸੇਵੀ ਸਤਨਾਮ ਸਿੰਘ ਦੌ ਨੇ RTI ਪਾ ਕੇ ਗਮਾੜਾ ਤੋਂ ਜਾਣਕਾਰੀ ਮੰਗੀ। 5 ਪੁਆਇੰਟਾਂ 'ਤੇ, 5 ਨੁਕਤਿਆਂ 'ਤੇ ਜਾਣਕਾਰੀ ਮੰਗੀ ਕਿ ਦੱਸਿਆ ਜਾਵੇ ਕਿੰਨੇ ਪਲੋਟ ਸਰਕਾਰੀ, ਕਿੰਨੇ ਮਕਾਨ LIG, MIG ਅਤੇ SCOs ਅਤੇ ਬੂਥ ਖਾਲੀ ਨੇ ਅਤੇ ਨਜਾਇਜ਼ ਕਬਜ਼ਿਆਂ ਦੇ ਵਿੱਚ ਨੇ। ਇਹਨਾਂ ਦੇ ਨੰਬਰ, ਇਹਨਾਂ ਦੇ ਸੈਕਟਰ, ਫੇਜ਼ਸ ਦੀ ਜਾਣਕਾਰੀ ਦਿੱਤੀ ਜਾਵੇ। ਹੋਰ ਵੀ ਕੋਈ ਕੁਛ, ਕਈ ਕੁਛ ਪੁੱਛਿਆ, ਪਰ ਪਹਿਲੀ ਸਟੇਜ 'ਤੇ ਇਨਫੋਰਮੇਸ਼ਨ ਆਫਿਸਰ ਨੇ ਇਹ ਕਹਿ ਕੇ ਅਪੀਲ ਰੱਦ ਕਰ ਦਿੱਤੀ ਕਿ ਇਹ ਬਲਕ ਜਾਣਕਾਰੀ ਹੈ, ਇਹ ਤੁਹਾਨੂੰ ਨਹੀਂ ਦਿੱਤੀ ਜਾ ਸਕਦੀ। ਅਸੀਂ ਇੰਨੀ ਜਾਣਕਾਰੀ, ਇੰਨੇ ਕਾਗਜ਼ ਤੁਹਾਨੂੰ ਨਹੀਂ ਦੇ ਸਕਦੇ, ਖਰਚਾ ਬਹੁਤ ਹੋਏਗਾ। ਫਿਰ ਇਸ ਤੋਂ ਬਾਅਦ ਸਤਨਾਮ ਦੌ ਨੇ ਅਗਲੇ ਅਫਸਰ ਦੇ ਅੱਗੇ ਅਪੀਲ ਪਾਈ। ਇਸ ਅਪੀਲ ਦੇ ਵਿੱਚ ਉਹੀ ਫੈਸਲਾ ਬਹਾਲ ਰੱਖਿਆ ਗਿਆ ਕਿ ਬਲਕ ਦਸਤਾਵੇਜ਼ ਨਹੀਂ ਦਿੱਤੇ ਜਾ ਸਕਦੇ, ਖਰਚਾ ਹੋਏਗਾ ਸਰਕਾਰ ਦਾ। ਮੇਰੀ ਗੱਲ ਹੋਈ ਸਤਨਾਮ ਦੌ ਨਾਲ, ਉਹਨਾਂ ਨੇ ਕਿਹਾ ਜੇ ਇਸੇ ਦਾ ਡਰ ਸੀ ਖਰਚੇ ਦਾ, ਮੇਰੇ ਤੋਂ ਤੁਸੀਂ ਫੋਟੋਸਟੈਟ ਦੇ 2 ਰੁਪਏ ਪਰ ਕਾਪੀ ਲੈ ਲੈਂਦੇ ਅਤੇ ਮੈਨੂੰ ਦਸਤਾਵੇਜ਼ ਦੇ ਦਿੰਦੇ। ਖੈਰ ਅੱਗੇ ਚੱਲਦੇ ਹਾਂ। 1/3/2023 ਨੂੰ RTA ਕਦੋਂ ਪਾਈ ਗਈ, 2022 'ਚ ਮਈ 'ਚ। 1/3/2023 ਨੂੰ ਸਤਨਾਮ ਦੌ ਨੂੰ ਪਤਾ ਲੱਗਦਾ ਕਿ ਇਸ ਮਾਮਲੇ ਦਾ ਫੈਸਲਾ ਅਪੀਲ ਦੇ ਵਿੱਚ ਵੀ ਹੋ ਗਿਆ। ਇਹ ਉਹਨੂੰ ਗੁਪਤ ਜਾਣਕਾਰੀ ਮਿਲੀ। ਉਸ ਨੇ ਗਮਾੜਾ ਦੇ ਦਫ਼ਤਰ ਦਾ ਦੌਰਾ ਕੀਤਾ ਅਤੇ ਪੁੱਛਿਆ ਜੀ ਮੇਰੀ RTI ਅਪੀਲ ਦਾ ਫੈਸਲਾ ਕੀ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਤੁਸੀਂ ਤਰੀਕ 'ਤੇ ਨਹੀਂ ਆਏ, ਤੁਹਾਨੂੰ ਬੁਲਾਇਆ ਗਿਆ ਸੀ, ਤੁਹਾਨੂੰ 15 ਦਿਨ ਦਾ ਸਮਾਂ ਦਿੱਤਾ ਸੀ। ਸਤਨਾਮ ਦੌ ਹੈਰਾਨ ਰਹਿ ਗਿਆ, ਮੈਨੂੰ ਤਾਂ ਜੀ ਕੋਈ ਚਿੱਠੀ ਨਹੀਂ ਮਿਲੀ।
ਕਹਿੰਦੇ ਜੀ ਹੁਣ ਤਾਂ ਫੈਸਲਾ ਵੀ ਹੋ ਗਿਆ। ਫੈਸਲੇ ਦੇ ਵੀ ਚਿੱਠੀ ਨਹੀਂ ਮਿਲੀ, ਦੱਬੀ ਰੱਖੀ। ਸਤਨਾਮ ਦੌਂ ਕਦੋਂ ਗਿਆ? ਉਹ ਫੈਸਲਾ ਲੈਣ ਮਾਰਚ 'ਚ ਗਿਆ। ਜਨਵਰੀ 1 ਦਾ ਫੈਸਲਾ ਹੋਇਆ ਹੋਇਆ, ਸਤਨਾਮ ਦੌਂ ਨੂੰ ਪਤਾ ਲੱਗਦਾ ਮਾਰਚ 'ਚ ਪਹੁੰਚਦਾ। ਉਹ ਫਿਰ ਅਫਸਰਾਂ ਨਾਲ ਜਾ ਕੇ ਉਲਝਦਾ ਕਿ ਤੁਸੀਂ ਮੈਤੋਂ ਜਾਣਕਾਰੀ ਲੁਕੋ ਕੇ ਰੱਖ ਰਹੇ ਹੋ, ਮੈਂ ਇਨਫੋਰਮੇਸ਼ਨ ਕਮਿਸ਼ਨ 'ਚ ਜਾਣਾ ਸੀ। ਪਰ ਇਸ ਦੇ ਦੌਰਾਨ ਹੀ ਉਹ ਸਾਰੀਆਂ ਚਿੱਠੀਆਂ ਪਿਛਲੀਆਂ ਇਹ ਅਫਸਰ ਉਹਨੂੰ ਕੱਢ ਕੇ ਦੇ ਦਿੰਦੇ ਆ ਕਿ ਸਾਡੀ ਸ਼ਿਕਾਇਤ ਹੋਏਗੀ। ਵੀਡੀਓ ਐਡੀਟਰ ਨੂੰ ਬੇਨਤੀ ਕਰੂੰਗਾ ਕਿ ਤੁਹਾਨੂੰ ਸਕਰੀਨ 'ਤੇ ਉਹ 6 ਪੇਜ ਦੀ ਲਿਸਟ ਦਿਖਾਵੇ ਜਿਹਦੇ ਵਿੱਚ 10,333 ਜਾਇਦਾਦਾਂ ਦੇ ਨੰਬਰ ਲਿਸਟ ਆ, ਉਹਨਾਂ ਦੇ ਕਾਬਜ਼ਾਂ ਦੇ ਭਾਵੇਂ ਨਾਮ ਨਹੀਂ, ਉਹ ਵੀ ਤੁਹਾਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਜਲਦ ਜਨਤਕ ਕੀਤੇ ਜਾਣਗੇ। ਇਹਨਾਂ 6 ਲਿਸਟਾਂ ਦੇ ਵਿੱਚ ਅਖੀਰਲੀ ਲਿਸਟ ਤੁਸੀਂ ਦੇ ਸਕਦੇ ਹੋ ਜਿਹਦੇ ਉੱਤੇ ਗੋਲ ਨਿਸ਼ਾਨ ਲਾਇਆ ਕਿ ਗਿਣਤੀ ਹੈ 10,333 ਜਾਇਦਾਦਾਂ। ਇਹਦੇ ਵਿੱਚ 10,000 ਦੇ ਕਰੀਬ ਜਾਇਦਾਦਾਂ ਗਮਾੜਾ ਦੀਆਂ ਨੇ, ਮੋਹਾਲੀ 'ਚ ਨੇ। ਬਾਕੀ ਦੀਆਂ ਜਾਇਦਾਦਾਂ ਪੂਡਾ ਦੀਆਂ ਨੇ, ਜਿਹੜੀਆਂ ਕਿ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਸਥਿਤ ਨੇ। ਇਹਨਾਂ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ, ਜ਼ਿਆਦਾਤਰ ਰੈਜ਼ੀਡੈਂਸ਼ੀਅਲ ਪ੍ਰੋਪਰਟੀਜ਼ ਨੇ, ਫਲੈਟਸ ਨੇ, ਪਲੋਟਸ ਨੇ, ਅਤੇ ਬਾਕੀ ਕਮਰਸ਼ੀਅਲ ਪ੍ਰੋਪਰਟੀਜ਼ ਨੇ, ਦੁਕਾਨਾਂ ਨੇ, ਬੂਥਸ ਨੇ। ਇਹ ਸਕੈਂਡਲ ਸ਼ੁਰੂ ਕਿਵੇਂ ਹੋਇਆ? ਦੰਗਾ ਪੀੜਤਾਂ ਨੂੰ ਸੰਨ 2008 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਰਾਹਤ ਦੇਣ ਦੇ ਮਾਰੇ ਇਹ ਐਲਾਨ ਕੀਤਾ ਕਿ ਜਿਹੜੀਆਂ ਜਾਇਦਾਦਾਂ ਖਾਲੀ ਪਈਆਂ ਸਰਕਾਰੀ, ਤੁਸੀਂ ਉਹਨਾਂ 'ਤੇ ਕਬਜ਼ੇ ਕਰ ਲਓ। ਇਸ ਬਿਆਨ ਦੀ ਭਾਵੇਂ ਕਿ ਕੋਈ ਰਿਕਾਰਡ ਦੇ ਵਿੱਚ ਪੁਸ਼ਟੀ ਨਹੀਂ ਹੁੰਦੀ, ਇਹ ਇੱਕ ਅਖਬਾਰੀ ਬਿਆਨ ਸੀ ਔਰ ਇਹ ਅਣਲਿਖਤ ਵਰਬਲ ਇੰਸਟਰਕਸ਼ਨ ਸੀ ਅਧਿਕਾਰੀਆਂ ਨੂੰ ਕਿ ਜਿਹੜੇ ਦੰਗਾ ਪੀੜਤ ਕਹਿੰਦੇ ਲੋਕ ਆਪਣੇ ਆਪ ਨੂੰ, ਉਹਨਾਂ ਨੂੰ ਤੁਸੀਂ ਇਹਨਾਂ ਜਾਇਦਾਦਾਂ ਦੇ ਵਿੱਚੋਂ ਨਾ ਕੱਢੋ। ਸਰਕਾਰ ਫੈਸਲਾ ਕਰੇਗੀ, ਇਹਨਾਂ ਨੂੰ ਇਹ ਪ੍ਰੋਪਰਟੀਜ਼ ਅਲੋਟ ਕਰਤੀਆਂ ਜਾਣਗੀਆਂ ਇਹਨਾਂ ਤੋਂ ਘੱਟ ਪੈਸਿਆਂ 'ਚ, ਯਾਨੀ ਕਿ ਘੱਟ ਕੀਮਤ 'ਤੇ, ਸਬਸਿਡਾਈਜ਼ਡ ਕੀਮਤ 'ਤੇ, ਆਸਾਨ ਕਿਸ਼ਤਾਂ ਦੇ ਵਿੱਚ ਪੈਸੇ ਭਰਵਾ ਲਏ ਜਾਣਗੇ। ਹੁੰਦਾ ਕੀ ਆ, ਦੰਗਾ ਪੀੜਤ ਭਾਵੇਂ ਉਹਨੇ ਇਹਨਾਂ ਪ੍ਰੋਪਰਟੀਜ਼ 'ਤੇ ਕਾਬਜ਼ ਨਹੀਂ ਹੋਏ, ਝੂਠੇ ਨਕਲੀ ਦੰਗਾ ਪੀੜਤ ਬਣੇ ਹੋਏ ਇਹਨਾਂ ਪ੍ਰੋਪਰਟੀਆਂ ਦੇ ਅੰਦਰ ਦਾਖਲ ਹੋ ਗਏ, ਕਬਜ਼ੇ ਕਰ ਲਏ। 14 ਸਾਲ ਹੋ ਗਏ, ਇਹਨਾਂ ਪ੍ਰੋਪਰਟੀਆਂ ਦਾ ਹੁਣ ਤੱਕ ਲੇਖਾ ਜੋਖਾ ਨਹੀਂ ਲਿਆ ਗਿਆ। ਇਹ ਲੋਕ, ਪ੍ਰਭਾਵਸ਼ਾਲੀ ਲੋਕ, ਇਹ ਪ੍ਰੋਪਰਟੀਆਂ 'ਤੇ ਕਬਜ਼ੇ ਕਰਨ ਤੋਂ ਬਾਅਦ ਇਹਨਾਂ ਨੂੰ ਕਿਰਾਇਆਂ 'ਤੇ ਚੜ੍ਹਾ ਦਿੱਤਾ, ਅਤੇ ਭਾਵੇਂ ਉਹਨਾਂ ਦੀ ਮਾਲਕੀ ਹੁਣ ਤੱਕ ਨਹੀਂ ਹੋਈ, ਉਹ ਕਿਰਾਇਆ ਖਾ ਰਹੇ ਨੇ। ਕਿਉਂਕਿ ਉਹਨਾਂ ਦਾ ਸਿੱਕਾ ਚੱਲਦਾ ਸੀ, ਬਾਦਲ ਸਰਕਾਰ ਚੱਲਦਾ ਸੀ। ਜ਼ਿਕਰ ਹੀ ਹੋਗਾ ਕਿ ਅੱਜ ਦੀ ਮਾਰਕੀਟ ਵੈਲਿਊ ਦੇ ਮੁਤਾਬਕ ਮੋਹਾਲੀ ਦੇ ਵਿੱਚ MIG ਫਲੈਟ 50 ਲੱਖ ਰੁਪਏ ਤੋਂ ਉੱਤੇ ਵਿਕਦਾ, LIG ਫਲੈਟ 30 ਲੱਖ ਤੋਂ ਉੱਤੇ ਵਿਕਦਾ, ਖਾਲੀ ਪਿਆ ਰੈਜ਼ੀਡੈਂਸ਼ੀਅਲ ਪਲੋਟ ਉਸ ਦੀ ਕੀਮਤ 35 ਤੋਂ 45 ਹਜ਼ਾਰ ਰੁਪਇਆ ਪ੍ਰਤੀ ਸਕੁਅਰ ਯਾਰਡ ਆ, ਡਿਪੈਂਡਿੰਗ ਔਨ ਦੀ ਲੋਕੇਸ਼ਨ। ਇਹ ਪ੍ਰੋਪਰਟੀ ਜੇ ਤੁਸੀਂ ਹੁਣ ਹਿਸਾਬ ਲਾਓ ਕਿ ਇਕੱਲੇ ਮੋਹਾਲੀ 'ਚ 7,387 ਜਾਇਦਾਦਾਂ, ਇਹਨਾਂ ਦੀ ਕੁੱਲ ਕੀਮਤ ਕਿੰਨੇ ਹਜ਼ਾਰ ਕਰੋੜ ਰੁਪਏ ਬਣਦੀ ਹੋਏਗੀ, ਅਤੇ 2008 ਤੋਂ ਇਹ ਨਜਾਇਜ਼ ਕਬਜ਼ਿਆਂ ਥੱਲੇ ਨੇ, ਸਰਕਾਰੀ ਖਜ਼ਾਨੇ ਨੂੰ ਕਿੰਨਾ ਨੁਕਸਾਨ ਹੋਇਆ ਹੋਏਗਾ, ਇਹਦਾ ਕਿੰਨਾ ਵਿਆਜ ਮਰਿਆ ਹੋਏਗਾ। ਪਰ ਸਾਡੇ ਪ੍ਰਸ਼ਾਸਨ ਦੀ, ਸਾਡੇ ਅਧਿਕਾਰੀਆਂ ਦੀ ਇਹਦੇ ਵੱਲ ਕੋਈ ਧਿਆਨ ਨਹੀਂ, ਕਿਉਂਕਿ ਇਹ ਪੈਸਾ ਉਹਨਾਂ ਦੀ ਜੇਬ 'ਚੋਂ ਨਹੀਂ ਲੱਗਿਆ, ਇਹ ਲੋਕਾਂ ਦੀ ਜੇਬ 'ਚੋਂ ਲੱਗਿਆ, ਪਬਲਿਕ ਮਨੀ ਲੱਗਿਆ। ਸਾਨੂੰ ਹਮਦਰਦੀ ਹੈ ਦੰਗਾ ਪੀੜਤਾਂ ਨਾਲ, ਉਹਨਾਂ ਦੀ ਰੀਹੈਬਲੀਟੇਸ਼ਨ ਹੋਣੀ ਚਾਹੀਦੀ ਆ, ਉਹਨਾਂ ਦਾ ਮੁੜ ਵਸੇਬਾ ਹੋਣਾ ਚਾਹੀਦਾ, ਸਾਡਾ ਉਹਨਾਂ ਨਾਲ ਸਹਿਯੋਗ ਹੋਣਾ ਚਾਹੀਦਾ। ਪਰ ਦੰਗਾ ਪੀੜਤਾਂ ਦੇ ਨਾਮ 'ਤੇ ਝੂਠੇ ਜਾਲੀ ਦਸਤਾਵੇਜ਼ ਬਣਾ ਕੇ ਇਹਨਾਂ ਜਾਇਦਾਦਾਂ ਦੇ ਵਿੱਚ ਵੜ ਜਾਣਾ ਅਤੇ ਫਿਰ ਖਾਲੀ ਨਾ ਕਰਨਾ, ਖਾਲੀ ਕੀ ਕਰਨਾ, ਖਾਲੀ ਕਰਵਾਉਣ ਲਈ ਕਿਹਾ ਹੀ ਨਹੀਂ ਗਿਆ। ਅਧਿਕਾਰੀ ਸ਼ਾਮਲ ਹੋ ਗਏ, ਅਧਿਕਾਰੀਆਂ ਨਾਲ ਸਾਂਠ ਗਾਂਠ ਹੋ ਗਈ, ਕਿਰਾਏ 'ਤੇ ਚੜ੍ਹਾਤੀਆਂ ਗਈਆਂ ਪ੍ਰਾਪਰਟੀਜ਼,
किराया वंडिया जाण लग गया। यह सी इहदी मोडस ऑपरेंडी। जदों अज तड़क सवेरे सानू इस खबर बारे जानकारी मिली, असी यानी कि पंजाब दस्तावेज़ ने इस दी पुष्टि करन लई अधिकारियों नाल संपर्क करन दी कोशिश कीती। सब तो पहला असी दो स्टेट ऑफिसर्स नाल संपर्क कीता, उन्होंने साढ़े नाल गल करन दा कोई कोशिश नहीं कीती, साढ़े वट्सएप मैसेज का जवाब नहीं दिता, फोन नहीं चक्या। फिर असी सैक्रेटरी हाउसिंग पंजाब गवर्नमेंट अजॉय सिन्हा नूं ईमेल कीती, उहदे दफ्तर च पहलां फोन करके ईमेल एड्रैस लिया। मैडम ने दस्या कि साहब चीफ सैकटरी की मीटिंग विच ने, वह आउंदे आ, तुहाडी ईमेल दिखा देंगे। फिर असी घंटे बाद फिर फोन किया, ईमेल पहुँच गई। हाँ जी पहुँच गई, असी कढ लई है कापी, साहब आउंदे आ, रख दिंदे आ टेबल ते। खैर साडी किस्मत कुछ चंगी सी, असी गमाड़ा दे चीफ एडमिनिस्ट्रेटर अमनदीप बांसल नाल संपर्क किया। उन्होंने सानू जो कुछ दस्या वो मैं थोनू हुण दस दिना, शेयर कर लैना। उन्होंने कहा कि मेरी जानकारी मुताबक साढ़े को 42 इहो जिहियां जायदादा ने जिदे उत्ते नजायज़ कब्जे हुए आ। दंगा पीड़ता ने झूठे कागज़, अपने आप नूं दंगा पीड़ित कह के झूठे कागज़ बना के कागज़ होए ने। उहदा मामला हुण सुप्रीम कोर्ट दे विच चलदा, सुप्रीम कोर्ट ने स्टेटस को किया, फैसला आउण ते ही कोई कार्रवाई की जाएगी। उन्होंने अगे दस्या कि असी पिछले 15 दिनों 25 खाली पे SCOs बूथ्स नीलाम किए आ, सानू 930 करोड़ रुपया हासिल होया, वो असी सरकारी खजाने जमा कराता है। मैं उन्होंने गुजारिश की बांसल साहब न कि जी बाकी जायदादों का की कर रहे हो, ये कुल जायदाद 7387 आ। वो हैरान हो गए, कहिंदे जी ये जानकारी मेरे को है नहीं, मैं एक साल पहले ही ज्वाइन किया, सो अफसर बदलते रहिंदे आ, सानू जो जानकारी हेठों मिलती आ यानी कि हेठले अफसर तो EOs तो मिलती आ, बाऊआ तो मिलती आ, असी उहदे आधार ते काम करते हैं, फैसले करते हैं। बिल्कुल वाजिब कहा उन्होंने। हुण अगे गल आउंदी आ, मैं कहा जी हुण तुसीं फिर की करोगे, वो कहिंदे जी इस जानकारी दे असी इनक्वायरी ऑर्डर कर रहे हैं, इहदी फिजिकल वेरीफिकेशन करवावांगे, किहड़े किहड़े प्लॉटां ते किहड़े किहड़े फ्लैटां ते कौन कौन बैठा, किहड़ियां दुकानां ते कौन कौन काबज़ आ। ये फिजिकल वेरीफिकेशन असी 15 दिन दे विच मुकम्मल कर लवांगे, सारा स्टाफ ला देंगे। ये फिर उस तो बाद रिकवर करन तो बाद इन्हां दी असी नीलामी करांगे, जिहड़ियां कमर्शियल साइट्स है उन्हां दी नीलामी होएगी, जिहड़ियां रेजिडेंशियल साइट्स है उहदां दा इश्तिहार दे के लोकां तों दरखास्तां मंगवा के वो वेचियां जाणगियां, ड्रॉफ लॉट्स किया जाएगा, वो ड्रॉ कढ़न तो बाद इन्हां दी डिस्ट्रीब्यूशन होएगी। अमनदीप बांसल ने यह भी कहा, जदों असी उन्होंने सुजैसट किया कि तुसीं इहते पुलिस कार्रवाई कर सकते हो, क्योंकि ये एक अजिहा क्राइम आ इहदे विच सिविल मैटर भी आ, सिविल कोर्ट भी इनवॉल्व हो सकती आ, इहदे विच क्रिमिनल कोर्ट भी इनवॉल्व हो सकती आ, वाइट कॉलर हाइब्रिड क्राइम, इहदे वास्ते तुहानू सिविल कोर्ट्स का भी फायदा लेना पएगा ते क्रिमिनल कार्रवाई भी करनी पएगी। उन्होंने साढ़े नाल सहमति जताई, कहा जी बिल्कुल जिस तरीके नाल ये फ्रॉड होया, सरकारी खजाने नूं नुकसान पहुँचाया, उहदे बारे असी पुलिस की मदद भी लवांगे। आओ हुण तुहानूं सुणाउने आ उस शख्स बारे, उस शख्स की एक वीडियो यानी कि सतनाम दौं की वीडियो जिसने अपने जथेबंदी दे नाल मिलके ये पर्दाफाश किया। इस एक्टिविस्ट ने PSIEC दे स्कैंडल नूं बेनकाब करन दे विच भी वड्डा रोल निभाया। इस एक्टिविस्ट ने होर भी कई समाज सेवी काम किए आ। ये शख्स उन्हां गरीब मजदूरां दी भी मदद करदा जिहड़े JCT दे पीड़ित ने। आओ इस दी वीडियो सुणदे हां उन्हां दा की कहना।
सत श्री अकाल दोस्तों, मेरा नाम सतनाम दाऊ ते साडी एनजीओ है पंजाब अगेंस्ट करप्शन। एक होर बहुत वड्डा भ्रिष्टाचार का मामला हैगा है पंजाब दे विच, जिहड़ा होया 1984 दे सिख दंगा पीड़ता दे नाम ते। ते साडा शहर मोहाली है, इत्थे भी हजारां दी गिणती सिख पहुंचे सी ते उहनां नूं रोटी पाणी दे जगाड़ ते रहिण दा कोई इंतजाम है नहीं सी। तां जिहड़े मोहाली वर्गे शहर दे विच LIG, HIG, MIG जिहड़ा मोहाली दे पुराने सैक्टर है उत्थे बहुत सारे फ्लैट पए सीगे। ਉਹ ਫਲੈਟ ਕਿਸੇ ਨਾ ਕਿਸੇ ਤਰੀਕੇ ਨਾਲ ਦੰਗਾ ਪੀੜਤਾਂ ਨੂੰ, ਸਿੱਖ ਦੰਗਾ ਪੀੜਤਾਂ ਨੂੰ ਮਿਲਦੇ ਰਹੇ ਅਤੇ ਕਈ ਲੋਕਾਂ ਨੇ ਜਾਅਲੀ ਕਾਰਡ ਵੀ ਬਣਾ ਲਏ ਅਤੇ ਕਈ ਜਾਅਲੀ ਦੰਗਾ ਪੀੜਤ ਵੀ ਬਣ ਗਏ ਅਤੇ ਕਈ ਸਿੱਖ ਜਥੇਬੰਦੀਆਂ ਅਤੇ ਕਈ ਸਿੱਖਾਂ ਦੀਆਂ ਰਾਜਸੀ ਪਾਰਟੀਆਂ ਵੀ ਉਹਨਾਂ ਦੰਗਾ ਪੀੜਤਾਂ ਦੇ ਸਿਰ 'ਤੇ ਆਪਣੀਆਂ ਰੋਟੀਆਂ ਸੇਕਣ ਲੱਗ ਪਈਆਂ। ਪਰ ਇੱਕ ਬਹੁਤ ਵੱਡਾ ਘਪਲਾ ਅਜਿਹਾ ਹੋਇਆ ਕਿ ਕੁਝ ਅਸਲੀ ਸਿੱਖਾਂ ਨੂੰ, ਜਿਹੜੇ ਅਸਲੀ ਦੰਗਾ ਪੀੜਤਾ, ਉਹਨਾਂ ਨੂੰ ਘਰ ਮਿਲੇ ਨਹੀਂ। ਉਹਨਾਂ ਦੇ ਘਰਾਂ ਦੇ ਉੱਤੇ ਹੋਰ ਲੋਕਾਂ ਨੇ ਕਬਜ਼ਾ ਕਰ ਲਿਆ। ਵੋਟ ਬੈਂਕ ਲੁੱਟਣ ਵਾਸਤੇ ਇੱਕ ਮੁੱਖ ਮੰਤਰੀ ਨੇ ਵੀ ਕਹਿ ਦਿੱਤਾ, ਸ਼ਾਇਦ ਉਹ ਪ੍ਰਕਾਸ਼ ਸਿੰਘ ਬਾਦਲ ਸੀ, ਕਿ ਜਿੱਥੇ ਜਿਹਨੂੰ ਘਰ ਖਾਲੀ ਮਿਲਦਾ ਦੱਬ ਲਓ। ਮੋਹਾਲੀ ਦੇ ਵਿੱਚ, ਲੁਧਿਆਣੇ ਦੇ ਵਿੱਚ ਅਤੇ ਪੂਰੇ ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ 'ਚ ਉਹ ਘਰ ਦੱਬ ਲਏ ਦੰਗਾ ਪੀੜਤਾਂ ਦੇ ਨਾਂ 'ਤੇ। ਉਹ ਦੱਬ ਕੇ ਮਕਾਨ ਵੇਚ ਦਿੱਤੇ। 25 ਲੱਖ ਦਾ ਮਕਾਨ ਕਿਸੇ ਮੇਰੇ ਵਰਗੇ ਨੂੰ ਕਹਿਤਾ, ਚੱਲ 5 ਲੱਖ ਦੇ ਅਤੇ ਕਬਜ਼ਾ ਕਰ ਲੈ। ਕੋਈ ਸ਼ੋਰੂਮ ਹੈ, ਕੋਈ ਬੂਥ ਹੈ, ਕੋਈ MIG ਫਲੈਟ ਹੈ, ਕਈ ਪੁਲਿਸ ਅਫਸਰਾਂ ਦੇ ਵੀ ਕਬਜ਼ੇ ਹੈ ਉਹਨਾਂ ਦੇ ਵਿੱਚ, ਗਮਾਡਾ ਦੇ ਅਧਿਕਾਰੀਆਂ ਦੇ ਕਬਜ਼ੇ ਹੈ। ਮੈਂ 2-4 ਅੰਕੜੇ ਪੇਸ਼ ਕਰਦਾ। ਮੋਹਾਲੀ ਦੇ ਸੈਕਟਰ 61 ਦੇ ਵਿੱਚ 100 MIG ਮਕਾਨ ਖਾਲੀ ਪਏ ਹੈ ਗਮਾਡਾ ਦੇ ਰਿਕਾਰਡ ਦੇ ਮੁਤਾਬਕ, ਪਰ ਅਸਲ ਵਿੱਚ ਇੱਕ ਵੀ ਖਾਲੀ ਨਹੀਂ ਮਿਲਣਾ। MIG ਮਕਾਨ 40-50 ਲੱਖ ਰੁਪਏ ਦਾ ਹੈਗਾ ਇਹ। 143 EWS ਮਕਾਨ ਖਾਲੀ ਪਏ ਆ, ਪਰ ਅਸਲ ਵਿੱਚ ਇੱਕ ਵੀ ਖਾਲੀ ਨਹੀਂ। ਸੈਕਟਰ 56 ਦੇ ਵਿੱਚ ਬਹੁਤ ਸਾਰੇ ਬੂਥ ਖਾਲੀ ਪਏ ਆ। ਮੇਰੇ ਮੋਹਾਲੀ ਫੇਜ 1 ਦੇ ਵਿੱਚ 150-200 ਮਕਾਨ ਖਾਲੀ ਪਏ ਆ, ਅਤੇ ਜਿਹੜੇ ਨਵੇਂ ਸੈਕਟਰ ਬਣੇ ਚ ਮੋਹਾਲੀ ਦੇ, ECO City 1 ਅਤੇ 2, ਇਹਦੇ ਵਿੱਚ 4200 ਮਕਾਨ ਅਤੇ ਪਲਾਟ ਖਾਲੀ ਪਏ ਆ। ਇਹ ਹੋ ਸਕਦਾ ਘਪਲੇ ਦਾ ਹਿੱਸਾ ਨਾ ਹੋਣ। ਸ਼ੁਰੂਆਤ ਇਹ ਹੋਈ ਕਿ ਸਾਡੀ ਸੰਸਥਾ ਨੂੰ ਇਲੈਕਸ਼ਨ ਦੇ ਦਿਨਾਂ ਦੌਰਾਨ ਜਦੋਂ ਅਸੀਂ ਘਪਲਿਆਂ ਦੇ ਖਿਲਾਫ਼ ਪ੍ਰਚਾਰ ਕਰ ਰਹੇ ਸੀ, ਤਾਂ ਸਾਨੂੰ ਕੁਝ ਸਿੱਖ ਦੰਗਾ ਪੀੜਤ ਮਿਲੇ ਕਿ 40 ਸਾਲ ਹੋ ਗਏ ਅਸੀਂ ਉਜੜੇ ਹੋਏ ਹਾਂ, ਸਾਨੂੰ ਅੱਜ ਤੱਕ ਘਰ ਨਹੀਂ ਮਿਲਿਆ ਅਤੇ ਸਾਡੇ ਘਰ ਕਿਸੇ ਹੋਰ ਨੇ ਦੱਬੇ ਹੋਏ ਹੈ। ਇਹ ਜਾਣਕਾਰੀ ਮਿਲੀ ਸੀ ਇਲੈਕਸ਼ਨ ਦੇ ਦਿਨਾਂ ਦੌਰਾਨ ਜਦੋਂ ਅਸੀਂ ਐਕਸਪੋਜ਼ ਕਰ ਰਹੇ ਫਿਰ ਰਹੇ ਸੀ ਘਪਲੇਬਾਜ਼ਾਂ ਨੂੰ, ਕਹਿੰਦੇ ਨੂੰ ਵੋਟਾਂ ਨਾ ਪਾਓ। ਮੈਂ ਆਪਣੇ ਨਾਮ ਦੇ ਉੱਤੇ RTI ਪਾ ਦਿੱਤੀ। ਇਹ ਜਾਣਕਾਰੀ ਪਿਛਲੇ 20-30 ਸਾਲ ਤੋਂ ਛੁਪਾਈ ਗਈ ਸੀ ਗਮਾਡਾ ਅਤੇ ਪੁੱਡਾ ਦੇ ਅਧਿਕਾਰੀਆਂ ਵੱਲੋਂ, ਅਤੇ 1 ਸਾਲ ਤੋਂ ਮੈਨੂੰ ਜਾਣਕਾਰੀ ਨਹੀਂ ਮਿਲੀ। ਮਈ 2023-22 ਤੋਂ ਮੈਨੂੰ ਜਾਣਕਾਰੀ ਨਹੀਂ ਮਿਲ ਰਹੀ ਸੀ, ਚਿੱਠੀ ਪੱਤਰ ਹੁੰਦਾ ਰਿਹਾ। ਅਖੀਰ 9 ਮਾਰਚ 2023 ਨੂੰ ਮੈਨੂੰ ਚਿੱਠੀ ਆਈ। ਚਿੱਠੀ ਝੂਠੀ ਗੱਲ ਲਿਖੀ ਗਈ ਹੈ ਕਿ ਤੁਹਾਨੂੰ ਇੱਕ ਸੂਚਨਾ ਦੇ ਦਿੱਤੀ ਗਈ ਹੈ। ਪੱਤਰ ਨੰਬਰ ਵੀ ਲਿਖਤਾ, ਪੱਤਰ ਨੰਬਰ 6915524223 ਦਾ, ਕਿ ਤੁਹਾਨੂੰ ਚਿੱਠੀ ਲਿਖ ਦਿੱਤੀ ਸੀ, ਅਸੀਂ ਸੂਚਨਾ ਭੇਜ ਦਿੱਤੀ ਹੈ, ਤੁਸੀਂ ਅਪੀਲ ਸਮੇਂ ਹਾਜ਼ਰ ਨਹੀਂ ਹੋਏ, ਜੇ ਹਾਲੇ ਵੀ ਕੋਈ ਤੁਹਾਨੂੰ ਸਮੱਸਿਆ ਹੈਗੀ ਤਾਂ 15 ਦਿਨ 'ਚ ਹਾਜ਼ਰ ਹੋ ਜਾਓ। ਅਸਲ ਵਿੱਚ ਮੈਨੂੰ ਪੱਤਰ ਨੰਬਰ 6915 ਕਦੇ ਮਿਲਿਆ ਹੀ ਨਹੀਂ। 10 ਮਾਰਚ ਨੂੰ ਮੈਂ ਪਹਿਲੀ ਵਾਰੀ ਇਸ ਮਾਮਲੇ 'ਚ ਗਮਾਡਾ 'ਚ ਗਿਆ। ਅਧਿਕਾਰੀ ਨੇ ਪੁੱਛਿਆ ਕਿ ਤੁਸੀਂ ਮੈਨੂੰ ਝੂਠੀਆਂ ਚਿੱਠੀਆਂ ਕਿਉਂ ਲਿਖੀਆਂ, ਕਿ ਮੈਨੂੰ ਤਾਂ ਤੁਸੀਂ ਕੋਈ ਜਾਣਕਾਰੀ ਦਿੱਤੀ ਹੈ ਨਹੀਂ। ਜਿਹੜਾ ਪੱਤਰ ਨੰਬਰ 6915 ਤੁਸੀਂ ਮੈਨੂੰ ਸੂਚਨਾ ਭੇਜੀ ਹੈ, ਉਹਦੀ ਰਸੀਦ ਦਿਖਾ ਦਿਓ। ਮੈਨੂੰ ਨਹੀਂ ਭੇਜੀ ਗਈ, ਅਤੇ ਜਦੋਂ ਰਸੀਦ ਨਹੀਂ ਦਿਖਾ ਸਕੇ, ਮੈਂ ਕਿਹਾ ਚਿੱਠੀ ਦੱਬੀ ਹੋਈ, ਚਿੱਠੀ ਕੱਢ ਕੇ ਲਿਆਓ। ਅਖੀਰ ਨੂੰ ਗਮਾਡਾ ਦੇ ਅਧਿਕਾਰੀ ਮੇਰੇ ਕੋਲੋਂ ਚਿੱਠੀ ਲੈ ਕੇ ਆਏ 6915। ਮੈਂ ਆਪਣੇ ਹੱਥ ਨਾਲ ਚਿੱਠੀ ਲਿਖ ਕੇ ਸੂਚਨਾ ਪ੍ਰਾਪਤ ਕੀਤੀ ਕਿ ਸੰਬੰਧਿਤ ਸੂਚਨਾ ਦਾ ਪੱਤਰ ਮੈਨੂੰ ਮਿਲ ਗਿਆ, ਅਤੇ ਜਦੋਂ ਮੈਂ ਪੜ੍ਹਿਆ ਉਹ 'ਚ ਲਿਖਿਆ ਗਿਆ ਬਲਕ ਦੇ ਵਿੱਚ ਸੂਚਨਾ ਇਕੱਠੀ ਸਾਡੇ ਕੋਲ ਉਪਲਬਧ ਹੈ ਨਹੀਂ, ਇਸ ਕਰਕੇ ਅਸੀਂ ਤੁਹਾਨੂੰ ਸੂਚਨਾ ਨਹੀਂ ਦੇ ਸਕਦੇ। ਇਹ ਇਨਕਾਰ ਕੀਤਾ ਗਿਆ। ਅਸਲ ਵਿੱਚ ਇਹ ਬਹੁਤ ਵੱਡਾ ਘਪਲਾ ਹੈ। ਸਾਡੇ ਕੋਲ ਪਹਿਲੀ ਇਹ ਜਾਣਕਾਰੀ ਸਾਡੇ ਕੋਲ ਇਕੱਠੀ ਅਸੀਂ ਕਰ ਚੁੱਕੇ ਹਾਂ, ਅਤੇ ਤੁਹਾਨੂੰ ਅਸੀਂ ਐਕਸਪੋਜ਼ ਕਰਾਂਗੇ, ਤੁਹਾਨੂੰ ਅਸੀਂ ਜੇਲ੍ਹ ਭੇਜਾਂਗੇ। ਉਹ ਰੌਲਾ ਪਾਉਣ ਤੋਂ ਬਾਅਦ ਇੱਕ ਬਹੁਤ ਵੱਡਾ ਸਕੈਮ ਨੰਗਾ ਹੋਇਆ ਪਹਿਲੀ ਵਾਰੀ ਗਮਾਡਾ ਦਾ। ਹੋ ਸਕਦਾ ਇਹ ਪੰਜਾਬ ਦਾ ਸਭ ਤੋਂ ਵੱਡਾ ਸਕੈਮ ਹੋਏ, ਤਾਂ ਕਾਹਲੀ ਨਾਲ ਗਮਾਡਾ ਦੇ ਅਧਿਕਾਰੀਆਂ ਨੇ ਇੱਕ ਪੂਰੀ ਲਿਸਟ ਵੈਬਸਾਈਟ ਦੇ ਉੱਤੇ ਪਾ ਦਿੱਤੀ। ਉਸ ਲਿਸਟ ਵਿੱਚ ਦੱਸਿਆ ਗਿਆ 10,333 ਪ੍ਰੋਪਰਟੀਜ਼ ਮੋਹਾਲੀ 'ਚ ਖਾਲੀ ਪਈ ਹੈ।
ਪੋਲੀਟੀਕਲ ਲੋਕਾਂ ਦੇ ਕਬਜ਼ੇ ਦੇ ਵਿੱਚ ਹੈ। ਅਫਸਰਾਂ ਨੇ ਘੱਟ ਵੱਧ ਰੇਟ 'ਚ ਲੈ ਕੇ 20 ਲੱਖ ਦਾ ਫਲੈਟ ਕਿਸੇ ਤੋਂ 5 ਲੱਖ ਰੁਪਏ ਲੈ ਕੇ ਕਬਜ਼ਾ ਕਰਵਾਤਾ। ਅਖੌਤੀ ਜਿਹੜੇ ਲੀਡਰ ਬਣੀ ਫਿਰਦੇ ਆ 84 ਦੰਗਾ ਪੀੜਤਾਂ ਦੇ, ਉਹਨਾਂ ਨੇ 25-25-30-30 ਮਕਾਨ ਦੰਗਾ ਪੀੜਤਾਂ ਦੇ ਕਾਰਡ ਲੈ ਕੇ ਖੁਦ ਕਬਜ਼ਾ ਕਰਕੇ ਅੱਗੇ ਵੇਚ ਦਿੱਤੇ ਆ। ਤੇ ਇਸ ਤਰ੍ਹਾਂ ਦੀ ਜਾਣਕਾਰੀ ਹੈ ਮੇਰੇ ਕੋਲ ਕਿ ਉਹ ਕਬਜ਼ੇ ਵਾਲੇ ਫਲੈਟ, ਘਰ, ਸ਼ੋਰੂਮ, ਬੂਥ ਉੱਥੇ ਕਬਜ਼ਾ ਕਰਵਾ ਕੇ ਪੈਸੇ ਇਕੱਠੇ ਕੀਤੇ ਅਫਸਰਾਂ ਨੇ, ਤੇ ਹੁਣ ਵੀ ਕਿਰਾਇਆ ਇਕੱਠਾ ਕੀਤਾ ਜਾ ਰਿਹਾ। ਹਾਲੇ ਗਲਾਡਾ ਗ੍ਰੇਟਰ ਡਿਵੈਲਪਮੈਂਟ ਅਥਾਰਟੀ ਦੇ ਵਿੱਚ ਇਸ ਤਰੀਕੇ ਨਾਲ ਦੰਗਾ ਪੀੜਤਾਂ ਦਾ ਇਸ ਤੋਂ ਵੱਧ ਵੱਡਾ ਸਕੈਮ ਹੈ। ਬਠਿੰਡੇ 'ਚ ਹੈ, ਪਟਿਆਲੇ 'ਚ ਹੈ, ਪਤਾ ਨਹੀਂ ਕਿੱਥੇ ਕਿੱਥੇ ਹੈ। ਸਰਕਾਰੀ ਵੈਬਸਾਈਟ ਦੀ ਰਿਕਾਰਡ ਦੇ ਉੱਤੇ ਖਾਲੀ ਹੈ ਤੇ ਅਸਲ ਵਿੱਚ ਇਹਨਾਂ 'ਚੋਂ ਖਾਲੀ ਇੱਕ ਵੀ ਹੈ ਨਹੀਂ। ਪੰਥਕ ਸਰਕਾਰਾਂ ਦੇ ਅਖੌਤੀ ਨੇਤਾ ਬਣੀ ਫਿਰਦੇ ਆ, ਉਹਨੇ ਦੱਬੇ ਹੋਏ ਆ ਤੇ ਵੇਚੇ ਹੋਏ ਆ। ਇੱਥੇ ਆਧਾਰ ਕਾਰਡ ਬਣਿਆ, ਵੋਟ ਕਾਰਡ ਬਣੀ ਹੈ, ਲਿਸਟਾਂ ਹੈਗੀਆਂ, ਬੱਚਿਆਂ ਦੇ ਬਰਥ ਸਰਟੀਫਿਕੇਟ ਇੱਥੇ ਦੇ ਹੈ, ਪਰ ਸਰਕਾਰੀ ਰਿਕਾਰਡ ਦੇ ਵਿੱਚ ਉਹ ਖਾਲੀ ਹੈ। ਤੇ ਇੰਨਾ ਕਹਿੰਦੇ ਹੋਏ ਧੰਨਵਾਦ। ਆਖੀਰ 'ਚ ਜਿਸ ਤਰ੍ਹਾਂ ਅਸੀਂ ਹਰ ਵੀਡੀਓ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਆਰਟਿਕ ਸਾਡਾ ਕੀ ਮੰਨਣਾ, ਅਸੀਂ ਕੀ ਕਹਿੰਦੇ ਹਾਂ। ਫਿਜ਼ੀਕਲ ਵੈਰੀਫਿਕੇਸ਼ਨ ਇਹਨਾਂ ਪ੍ਰੋਪਰਟੀਆਂ ਦੀ ਤੁਰੰਤ ਹੋ ਕੇ ਇਹ ਖਾਲੀ ਕਰਵਾਈਆਂ ਜਾਣ। ਨੰਬਰ 2, ਪਿਛਲੇ 14 ਸਾਲਾਂ ਤੋਂ ਨਜਾਇਜ਼ ਕਾਬਜ਼ ਲੋਕਾਂ ਤੋਂ ਪੈਸਾ ਵਸੂਲ ਕੀਤਾ ਜਾਏ, ਕਿਰਾਇਆ ਵਸੂਲ ਕੀਤਾ ਜਾਏ। ਪੁਆਇੰਟ ਨੰਬਰ 3, ਪ੍ਰੋਪਰਟੀ ਮੈਟਰ ਭਾਵੇਂ ਦੀਵਾਨੀ ਆ ਪਰ ਇਹਦੇ ਵਿੱਚ ਕ੍ਰਿਮੀਨਲ ਐਂਗਲ ਆ, ਤੁਰੰਤ ਪਰਚਾ ਦਰਜ ਕਰਾ ਕੇ ਕਾਰਵਾਈ ਕੀਤੀ ਜਾਏ। ਪੁਆਇੰਟ ਨੰਬਰ 4, ਝੂਠੇ ਦੰਗਾ ਪੀੜਤਾਂ ਦੇ ਕਾਗਜ਼ ਬਣਾਉਣ ਵਾਲਿਆਂ ਦੇ ਵਿਰੁੱਧ ਪਰਚਾ ਦਰਜ ਹੋ ਕੇ ਗ੍ਰਿਫਤਾਰੀਆਂ ਹੋਣ। ਇਸ ਸਕੈਂਡਲ ਦੇ ਪਿੱਛੇ ਜਿਹੜੇ ਛੁਪੇ ਰੁਸਤਮ ਆ, ਜਿਨ੍ਹਾਂ ਦਾ ਇਨਫਲੂਐਂਸ ਯੂਜ਼ ਹੋਇਆ, ਉਹਨਾਂ ਦੇ ਵਿਰੁੱਧ ਵੀ ਕਾਰਵਾਈ ਹੋਣੀ ਚਾਹੀਦੀ ਆ। ਪੁਆਇੰਟ ਨੰਬਰ 5, ਗਮਾਡਾ ਦੇ ਸਟੇਟ ਅਫਸਰ, ਉਹਨਾਂ ਦੇ ਛੋਟੇ ਮੁਲਾਜ਼ਮ ਜਿਨ੍ਹਾਂ ਨੇ ਆਪਣੇ ਜੁਰਿਸਡਿਕਸ਼ਨ ਵਿੱਚ ਪੈਂਦੀਆਂ ਇਹਨਾਂ ਜਾਇਦਾਦਾਂ ਦੇ ਨਾਜਾਇਜ਼ ਕਬਜ਼ਿਆਂ ਬਾਰੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਨਹੀਂ ਦਿੱਤੀ 14 ਸਾਲ, ਉਹਨਾਂ ਨੂੰ ਤੁਰੰਤ ਸਸਪੈਂਡ ਕਰਕੇ ਕਾਰਵਾਈ ਹੋਣੀ ਚਾਹੀਦੀ ਆ, ਕਿਉਂਕਿ ਇਸ ਪ੍ਰੋਪਰਟੀ ਦਾ ਲੇਖਾ ਜੋਖਾ ਮੌਜੂਦਾ ਚੀਫ ਐਡਮਿਨਿਸਟ੍ਰੇਟਰ ਗਮਾਡਾ ਅਮਨਦੀਪ ਬਾਂਸਲ ਕੋਲ ਹੈ ਨਹੀਂ ਸੀ। ਹੋ ਸਕਦਾ ਉਹਨਾਂ ਤੋਂ ਪਹਿਲਾਂ ਜਿਹੜੇ ਲੋਕ ਇੱਥੇ ਤੈਨਾਤ ਰਹੇ ਗਮਾਡਾ ਦੇ ਵਿੱਚ ਚੀਫ ਐਡਮਿਨਿਸਟ੍ਰੇਟਰਸ, ਉਹਨਾਂ ਨੂੰ ਵੀ ਇਹ ਜਾਣਕਾਰੀ ਜਾਣ ਬੁੱਝ ਕੇ ਨਾ ਦਿੱਤੀ ਗਈ ਹੋਵੇ। ਇਹ ਮਸਲਾ ਜਦੋਂ ਉੱਠਿਆ ਤਾਂ ਸਤਨਾਮ ਦੌਨ ਨੇ ਉਠਾਇਆ। ਸਤਨਾਮ ਦੌਨ ਨੂੰ ਸਰਕਾਰ ਤਨਖਾਹ ਨਹੀਂ ਦਿੰਦੀ, ਤਨਖਾਹ ਕਿਹਨੂੰ ਮਿਲਦੀ ਆ? ਤਨਖਾਹ ਮਿਲਦੀ ਆ ਇਹਨਾਂ ਅਧਿਕਾਰੀਆਂ ਨੂੰ, ਇਹਨਾਂ ਸਟੇਟ ਅਫਸਰਾਂ ਨੂੰ ਜਿਨ੍ਹਾਂ ਨੇ ਇਹ ਮਾਮਲਾ ਠੱਪ ਕਰਕੇ ਰੱਖਿਆ। ਉਹਨਾਂ ਦੇ ਵਿਰੁੱਧ ਤੁਰੰਤ ਕਾਰਵਾਈ ਹੋਣੀ ਚਾਹੀਦੀ ਆ। ਇਹਨਾਂ ਗੱਲਾਂ ਦੇ ਨਾਲ ਇਜਾਜ਼ਤ ਮੰਗਦੇ ਹਾਂ। ਮੈਂ ਰਜਿੰਦਰ ਸਿੰਘ ਧੱਗੜ ਤੁਹਾਡੇ ਤੋਂ ਇਜਾਜ਼ਤ ਮੰਗਦਾ। ਸਤਿ ਸ਼੍ਰੀ ਅਕਾਲ, ਨਮਸਕਾਰ, ਖੁਦਾ ਹਾਫਿਜ਼।